ओवरलोड ट्राली और बस की टक्कर में दो जख्मी। गुस्से में आए लोगों ने दसूहा हाजीपुर रोड किया जाम। होशियारपुर के दसूहा तलवाड़ा मुख्य सड़क पर पड़ते अड्डा सिपरिया में पराली से भरी ट्रैक्टर ट्राली और बस की टक्कर में दो लोग जख्मी हो गए। जानकारी देते हुए निजी कंपनी बस के ड्राइवर चंचल सिंह ने बताया कि वह तलवाड़ा से सवारियां भरकर दसूहा जा रहे थे, तभी सिपरिया अड्डे नजदीक दसूहा की तरफ से आ रही पराली से भरी ओवरलोड ट्राली जिसने पूरी सड़क घेर रखी थी। मैंने अपनी बस पूरी सड़क से नीचे उतार दी, फिर भी बस के पिछले हिस्से में ट्राली का किनारा टकरा गया जिस कारण बस का पिछला हिस्सा बुरी तरह से टूट गया और खिड़की के नजदीक बैठी सवारियां भी जख्मी हो गई। स्थानीय लोगों की मदद से जख्मी लोगों को अस्पताल भेज दिया गया। जब ट्रैक्टर ट्राली के ड्राइवर को लोगों ने समझाने की कोशिश की तो वह लोगों से ही लड़ने झगड़ने लग गया। इससे पहले भी इन ओवरलोड ट्रालियों के कारण कई हादसे हो चुके हैं जिसमें कई लोग अपनी जानें भी गंवा चुके हैं, परंतु अभी भी बेधड़क यह ओवरलोड ट्रैक्टर ट्रालियां सड़क पर बेखौफ चल रही हैं। लोगों का कहना है कि पुलिस इन्हें रोकने में असमर्थ है। ਕਿੰਨੀ ਓਵਰ ਕਿੰਨੀ ਓਵਰਲੋਡ ਲੱਗੀ ਹੈ ਤੈਨੂੰ ਕਹਿੰਦਾ ਕਿਸੇ ਦੀ ਜਾਨ ਚੱਲ ਜਾਏਗੀ ਫਿਰ ਕਿੰਨੀ ਓਵਰਲੋਡ ਲੱਗੀ ਕਿਸੇ ਦੀ ਜਾਨ ਚੱਲ ਜਾਏਗੀ ਐਕਸੀਡੈਂਟ ਹੋਇਆ ਮੁੰਡੇ ਸੱਟ ਲੱਗ ਗਈ ਇਹ ਠੋਕੇ ਲਿਆਇਆ ਕਿਤੇ ਬੰਦੇ ਵੀ ਮਾਰ ਰਹੇ ਨੇ ਹੋਇਆ ਕੀ ਇੱਧਰ ਰੋਡ ਤੇ ਤੁਰੇ ਜਾਣ ਡੇ ਆ ਸਿੱਧੀ ਲਿਆ ਕੇ ਗੱਡੀ ਵਿੱਚ ਮਾਰ ਦਿੱਤੀ ਪਹਿਲਾਂ ਸ਼ੀਸ਼ੇ ਤੋੜੇ ਮੁੜ ਕੇ ਬਨਵਾਛੀ ਕੀਤੀ 25-30 ਮੁੰਡੇ ਲਿਆ ਕੇ ਧੱਕੇ ਨਾਲ ਟਰਾਲੀ ਲੈ ਕੇ ਚੱਲੇ ਗਏ ਜੀ ਪੂਰੀ ਬਨਵਾਛੀ ਰੱਜ ਮੰਗ ਇਹੀ ਕਰਦੇ ਹਾਂ ਪ੍ਰਸ਼ਾਸਨ ਤੋਂ ਜੀ ਰੋਡ 'ਤੇ ਚੱਲਣਾ ਧਿਆਨ ਨਾਲ ਚੱਲਣਾ ਚਾਹੀਦਾ ਇਹ ਰਾਤ ਨੂੰ ਚੱਲਣੀਆਂ ਚਾਹੀਦੀਆਂ ਦਿਨੇ ਨਹੀਂ ਚੱਲਣੀਆਂ ਚਾਹੀਦੀਆਂ ਇਹ ਤਾਂ ਬਿਲਕੁਲ ਨਿਰੀ ਬਦਮਾਸ਼ੀ ਹੈ ਇਹ ਜੀ ਧੱਕੇ ਭਾਅ ਜੀ ਪੁੱਛੋ ਯਾਰ ਸਵਾਰੀਆਂ ਨੂੰ ਪੁੱਛੋ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀ ਖਾਧਾ ਇਹਨੇ ਘੁੰਮਾਉਂਦਾ ਹੀ ਆਉਂਦੇ ਆ ਪੂਰੇ ਰੋਡ 'ਚ ਇਹ ਕਹਿੰਦਾ ਮੇਰੇ ਅੱਗੇ ਕਾਰ ਨਾ ਬ੍ਰੇਕ ਸਾਡੀ ਸਾਈਡ ਆ ਗਿਆ ਮੈਂ ਥੱਲੇ ਵੀ ਸੁੱਟੀ ਗੱਡੀ ਤਾਂ ਵੀ ਉਹਨੇ ਪਿਛਲੀ ਸਾਈਡ ਲਿਆ ਕੇ ਵਿੱਚ ਮਾਰੀ ਬਹੁਤ ਪਰੇਸ਼ਾਨ ਕਰ ਰਹੇ ਆ ਜੀ ਬਹੁਤਾ ਹੀ ਜ਼ਿਆਦਾ ਇਹਨਾਂ ਦਾ ਜੀ ਇਹੋ ਮੰਗ ਕਰਦੇ ਆ ਵੀ ਇਹਨਾਂ ਦਾ ਕੁਛ ਅੰਡਰਲੋਡ ਕਰਨ ਜਾਂ ਇਹਨਾਂ ਨੂੰ ਕੋਈ ਮਾਲ ਟਰੱਕ 'ਚ ਪਾਉਣ ਕੀ ਇਹਨਾਂ ਦਾ ਹਿਸਾਬ ਤਾਂ ਪੂਰੇ ਰੋਡ ਦੇ ਵਿੱਚ ਤਾਂ ਇਹ ਆਉਂਦੇ ਆ ਇਹਨਾਂ 'ਤੇ ਨੱਥ ਪਈ ਹੈ ਜੀ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਇਹਨਾਂ ਦੇ ਕੁਝ 4-5 ਦਿਨ ਪਹਿਲੇ ਵੀ ਨੰਗਲ ਦੋ ਬੰਦੇ ਮਾਰੇ ਅਤੇ ਅੱਜ ਫਿਰ ਭਰੀ ਬਾਸੀ 'ਚ ਲਿਆ ਕੇ ਨਾ ਟਰਾਲੀ ਮਾਰੀ ਕੱਟ ਮਾਰਦੇ ਆਉਂਦੇ ਓਵਰਲੋਡ ਓਵਰ ਸਪੀਡ 'ਤੇ ਆਉਂਦੇ ਆ ਜੀ ਹਾਂਜੀ ਇੱਕ 'ਤੇ ਲੱਗੀ ਆ ਜੀ ਇੱਕ ਤੋਂ ਆਪਾਂ ਨੂੰ ਦਸੂਹੇ ਭੇਜਿਆ ਜੀ ਇਹਨਾਂ ਕੋਈ ਨੱਥ ਪਾਈ ਹੈ ਇਹਨਾਂ ਕੰਟਰੋਲ ਕੀਤਾ ਜਾਵੇ ਇਹਨਾਂ ਦੇ ਕੁਛ ਮੈਂ ਜੀ ਬਾਰੀ ਦੇ ਕੰਢੇ ਬੈਠਿਆ ਸੀ ਜੀ ਉਹ ਓਵਰਲੋਡ ਟਰਾਲੀ ਆਈ ਅਤੇ ਉਹ ਬੱਸ ਦੇ ਵਿੱਚ ਵੱਜੀ ਅਤੇ ਜਿਹਦੇ ਨਾਲ ਇਹ ਮੇਰੇ ਸੱਟ ਲੱਗੀ ਕੀ ਕੰਮ ਕਰਦੇ ਮੈਂ ਬਿਜਲੀ ਦਾ ਜੀ ਕੀ ਮੰਗ ਕਰਦੇ ਪੁਲਿਸ ਤੋਂ ਪੁਲਿਸ ਤੋਂ ਇਹ ਮੰਗ ਕਰਦਾ ਕਿ ਇਹ ਓਵਰਲੋਡ ਟਰਾਲੀ ਬੰਦ ਹੋ